ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੋਨ ਗੁਰੂਹਾਲ ਸਾਹਿਬ ਦੇ ਕਿਸਾਨ ਜਰਨੈਲ ਸਿੰਘ ਚੱਕ ਪਿੱਪਲੀ ਦੀ ਦਿੱਲੀ ਦੇ ਵਿੱਚ ਸੰਘਰਸ਼ ਦੇ ਦੌਰਾਨ ਜੋ ਕਿ 15 ਜੂਨ ਤੋਂ ਲਗਾਤਾਰ ਦਿੱਲੀ ਮੋਰਚੇ ਵਿੱਚ ਜੁੜੇ ਹੋਏ ਸਨ। ਅਚਾਨਕ ਉਹਨਾਂ ਦੀ ਉੱਥੇ ਤਬੀਅਤ ਵਿਗੜ ਗਈ ਅਤੇ ਰਸਤੇ ਦੇ ਵਿੱਚ ਆਉਂਦਿਆਂ ਮੌਤ ਹੋ ਗਈ। ਮ੍ਰਿਤਕ ਕਿਸਾਨ ਜੋ ਕਿ ਛੋਟੀ ਕਿਸਾਨੀ 2-3 ਏਕੜ ਦੇ ਮਾਲਕ ਸਨ। ਮ੍ਰਿਤਕ ਦੇ ਪਿੱਛੇ ਪਰਿਵਾਰ ਵਿੱਚ 2 ਬੇਟੇ 1 ਬੇਟੀ ਪਤਨੀ ਦੇ ਬਿਰਧ ਮਾਤਾ ਨੇ। ਅੱਜ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਉਹਨਾਂ ਦਾ ਪੋਸਟਮਾਰਟਮ ਕਰਕੇ ਦੇਰ ਸ਼ਾਮ ਉਹਨਾਂ ਦੇ ਪਿੰਡ ਚੱਕ ਪਿੱਪਲੀ ਵਿਖੇ ਜਥੇਬੰਦੀ ਦੇ ਵੱਲੋਂ ਪੂਰੇ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ ਅਤੇ ਜਥੇਬੰਦੀ ਮੰਗ ਕਰ ਰਹੀ ਹੈ ਕਿ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ ਅਤੇ 1 ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮੈਂ ਗੁਰਮੇਲ ਸਿੰਘ ਫਤਿਹਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦਾ ਜ਼ਿਲ੍ਹਾ ਕਿਸਾਨ ਆਗੂ। ਬਹੁਤ ਹੀ ਮਾੜੀ ਘਟਨਾ ਹੋਈ ਆ। ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਵਿੱਚ ਜਿਹੜਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ, ਪਹਿਲਾਂ ਪੰਜਾਬ ਦੇ ਵਿੱਚ ਕੀਤਾ, ਹੁਣ ਲਗਾਤਾਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠ ਕੇ ਜਿਹੜਾ ਸੰਘਰਸ਼ ਚੱਲ ਰਿਹਾ ਵਾ। ਕੇਂਦਰ ਸਰਕਾਰ ਆਪਦਾ ਅੜੀਆ ਰਵੱਈਆ ਨਹੀਂ ਛੱਡ ਰਹੀ। ਉੱਥੇ 500 ਤੋਂ ਵੱਧ ਜਿਹੜੇ ਕਿਸਾਨ ਆ ਉਹ ਆਪਣੀਆਂ ਸ਼ਹਾਦਤਾਂ ਦੇ ਚੁੱਕੇ। ਇਸੇ ਤਰ੍ਹਾਂ ਹੀ ਅੱਜ ਜੋ ਘਟਨਾ ਆਪਣੇ ਸਾਹਮਣੇ ਆਈ ਆ, ਜਰਨੈਲ ਸਿੰਘ ਜਿਹੜਾ ਚੱਕ ਪਿੱਪਲੀ ਗੁਰੂਹਰ ਸਾਹਿਬ ਦਾ ਰਹਿਣ ਵਾਲਾ ਸੀ, ਉਹ ਦਿੱਲੀ ਸੰਘਰਸ਼ ਦੇ ਵਿੱਚ ਪਿਛਲੀ 15 ਤਰੀਕ ਤੋਂ ਜਿਹੜਾ ਡਟਿਆ ਹੋਇਆ ਸੀ, ਉੱਥੇ ਉਹਨੂੰ ਜਿਹੜਾ ਰਾਤ ਸਮੇਂ ਕੋਈ ਚੱਕਰ ਆਇਆ ਉੱਠਣ 'ਤੇ ਉਹਦੇ ਜਿਹੜਾ ਉਹ ਡਿੱਗ ਪਿਆ ਅਤੇ ਉੱਥੋਂ ਜਿਹੜਾ ਵਾਪਸ ਆ ਰਿਹਾ ਸੀ ਅਤੇ ਆਉਂਦਿਆਂ ਰਸਤੇ ਦੇ ਵਿੱਚ ਜਿਹੜੀ ਉਹਦੀ ਡੈਥ ਹੋ ਗਈ। ਇਹ ਵੀ ਦਿੱਲੀ ਸੰਘਰਸ਼ ਦੇ ਲੇਖੇ ਜਿਹੜਾ ਲੱਗ ਗਿਆ। ਬਹੁਤ ਹੀ ਜਿਹੜਾ ਵਧੀਆ ਅਤੇ ਡਟ ਕੇ ਸੰਘਰਸ਼ਸ਼ੀਲ ਇਨਸਾਨ ਸੀ। ਸੋ ਇਹ ਬਹੁਤ ਹੀ ਮੰਦਭਾਗੀ ਗੱਲ ਆ ਕਿ ਜਿਹੜੀ ਕੇਂਦਰ ਸਰਕਾਰ ਜਿਹੜਾ ਆਪਦਾ ਅੜੀਆ ਰਵੱਈਆ ਨਹੀਂ ਛੱਡ ਰਹੀ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਆ। ਸਰਕਾਰਾਂ ਜਿਹੜੀਆਂ ਉਹ ਲੋਕ ਪੱਖੀ ਨੀਤੀਆਂ ਲੈ ਕੇ ਆਉਂਦੀਆਂ, ਨਾ ਕਿ ਕਾਰਪੋਰੇਟ ਪੱਖੀ। ਇਹ ਕਾਰਪੋਰੇਟ ਹੱਕ ਜਿਹੜੇ ਘਰਾਣਿਆਂ ਦੇ ਹੱਕ ਵਿੱਚ ਸਰਕਾਰਾਂ ਭੁਗਤ ਰਹੀਆਂ ਵਾਂ। ਸੋ ਅਸੀਂ ਜਿੰਨੀ ਮਰਜ਼ੀ ਪ੍ਰੀਖਿਆ ਲੈ ਲੈਣ ਕਿਸਾਨਾਂ ਮਜ਼ਦੂਰਾਂ ਦੀ, ਇਸੇ ਤਰ੍ਹਾਂ ਹੀ ਦਿੱਲੀ ਵਿਖੇ ਸੰਘਰਸ਼ ਜਿਹੜਾ ਉਹ ਡਟੇ ਜਿਹੜਾ ਚੱਲਦਾ ਰਹਿਣਾ ਇਦੋਂ ਵੀ ਆਉਣ ਵਾਲੇ ਸਮੇਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਲ੍ਹਾ ਸਕੱਤਰ ਫਿਰੋਜ਼ਪੁਰ ਸਾਹਿਬ ਸਿੰਘ ਜਿਨੇਕੇ, ਜੋ ਕਿ ਸਾਡੇ ਗੁਰੂ ਐਸ ਐਸ ਜੋਨ ਤੋਂ ਪਿੰਡ ਚੱਕ ਪਿੱਪਲੀ ਤੋਂ ਜਰਨੈਲ ਸਿੰਘ ਬਹੁਤ ਸੰਘਰਸ਼ੀ ਯੋਧੇ ਸਨ, ਜੋ ਕਿ ਪਿਛਲੇ ਸਮੇਂ ਤੋਂ ਦਿੱਲੀ ਅੰਦੋਲਨ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ ਬੜੀ ਲੰਮੇ ਸਮੇਂ ਤੋਂ ਸਫਲ ਸੇਵਾ ਕੀਤੀ ਆ, ਜਿਨ੍ਹਾਂ ਦਾ ਉੱਥੇ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਆ, ਜਿਹਦੇ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਵਾ, ਜਿਹਦੇ 'ਚ ਅੱਜ ਅਸੀਂ ਸਰਕਾਰ ਪਾਸੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਤੋਂ ਪਹਿਲਾਂ ਵੀ ਆਪਣੇ ਬੁਲਾਰਿਆਂ ਨੇ ਮੰਗ ਰੱਖੀ ਆ ਕਿ 1 ਜੀ ਨੂੰ ਨੌਕਰੀ ਅਤੇ ਜਿਹੜਾ 5 ਲੱਖ ਦਾ ਮੁਆਵਜ਼ਾ ਅਤੇ ਉਹਨਾਂ ਦਾ ਜਿੰਨਾ ਵੀ ਕਰਜ਼ਾ ਉਹ ਸਾਰਾ ਲਕੀਰ ਫੇਰੀ ਜਾਵੇ। ਅਤੇ ਜੋ ਕੇਂਦਰ ਦੀ ਸਰਕਾਰ ਆ, ਇਹਨੂੰ ਆਪਾਂ ਕਾਤਲ ਸਰਕਾਰ ਕਹਿ ਸਕਦੇ ਹਾਂ, ਜਿਹ 'ਚ ਅਸੀਂ ਸੈਂਕੜੇ ਜਵਾਨਾਂ ਜਿਹੜੀਆਂ ਲੱਗ ਚੁੱਕੀਆਂ ਵਾਂ। ਇੱਕ ਪਾਸੇ ਸਬਰ ਵਾਲੀ ਸੰਗਤ ਆ, ਇੱਕ ਪਾਸੇ ਜਾਬਰ ਸਰਕਾਰ ਆ। ਇਹਦੇ ਲਈ ਅੱਜ ਜਿਹੜੀ ਸੰਗਤ ਆ ਬੜੀ ਸਬਰ ਨਾਲ ਬੈਠੀ ਹੈ, ਜਿਹਦੇ 'ਚ ਹਜ਼ਾਰਾਂ ਜਿਹੜੇ ਲੋਕ ਆ ਉੱਥੇ ਬੈਠੇ ਹੋਏ ਆ, ਕਿੰਨੀ ਕੀਮਤੀ ਜਾਨਾਂ ਲੱਗ ਚੁੱਕੀਆਂ, ਜਿਹਦੇ 'ਚ ਕੇਂਦਰ ਸਰਕਾਰ ਦੇ ਮੂੰਹੋਂ ਅੱਜ ਬਿਲਕੁਲ ਇਹਨਾਂ ਲੋਕਾਂ ਲਈ ਇੱਕ ਵੀ ਲਫ਼ਜ਼ ਨਹੀਂ ਨਿਕਲਿਆ ਕਿ ਇਹ ਲੋਕ ਕਿੰਨੀਆਂ ਸ਼ਹੀਦੀਆਂ ਪਾ ਗਏ ਆ। ਇਹ ਜਿਹੜੇ ਸਾਡੇ ਕਿਸਾਨ ਮਜ਼ਦੂਰ ਕਿਰਤੀ ਕਾਮੇ ਆ, ਕਿੰਨੀਆਂ ਰੋਜ਼ ਉਹਨਾਂ ਦੀਆਂ ਜਾਨਾਂ ਲੱਗ ਰਹੀਆਂ ਵਾਂ, ਉਹਦੇ ਲਈ ਕੇਂਦਰ ਸਰਕਾਰ ਵੱਲ ਦਾ ਕੋਈ ਧਿਆਨ ਨਹੀਂ। ਇਹ ਇਸ ਨੂੰ ਅਸੀਂ ਕਾਤਲ ਸਰਕਾਰ ਕਹਿ ਸਕਦੇ ਹਾਂ। ਇਹਦੇ ਲਈ ਅਸੀਂ ਤਾਂ ਇਹੀ ਮੰਗ ਕਰਦੇ ਹਾਂ, ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਨਹੀਂ ਰੱਦ ਹੁੰਦੇ, ਅਸੀਂ ਲਗਾਤਾਰ ਉੱਥੇ ਅੰਦੋਲਨ ਵਿੱਚ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਨਾਮ ਸਿੰਘ ਪੰਨੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਅੱਜ ਸਾਡਾ ਜਿਹੜਾ ਸਿੱਘੂ ਬਾਰਡਰ ਉੱਤੇ ਆਪਣੀ ਵਾਰੀ ਦੇ ਵਿੱਚ ਗਿਆ ਸੀ ਕਿਸਾਨ 15 ਤਰੀਕ ਦਾ, ਜਰਨੈਲ ਸਿੰਘ ਚੱਕ ਪਿੱਪਲੀ ਪਿੰਡ ਉਹਨਾਂ ਦਾ, ਔਰ ਉਹ 46 ਸਾਲ ਦੀ ਉਮਰ ਸੀ, 3 ਉਹਦੇ ਬੱਚੇ ਸੀ, ਬਹੁਤ ਛੋਟਾ ਕਿਸਾਨ ਸੀ, 2.5 ਏਕੜ ਜ਼ਮੀਨ ਸੀਗੀ ਉਹ ਉੱਥੇ ਜਿਹੜਾ ਉਹਨੂੰ ਉਹ ਪਰੇਸ਼ਾਨੀ ਹੋਈ ਹੈ ਸਰੀਰ ਨੂੰ, ਔਰ ਉਹ ਡਿੱਗ ਪਿਆ ਚੱਕਰ ਖਾ ਕੇ। ਉਸ ਤੋਂ ਬਾਅਦ ਉਹਨੂੰ ਰਾਹ 'ਚ ਲਈ ਆ ਰਹੇ ਸੀ, ਰਸਤੇ 'ਚ ਆਉਂਦਿਆਂ ਉਹਦੀ ਜਿਹੜੀ ਆ ਉਹ ਸ਼ਹੀਦੀ ਪਾ ਗਿਆ। ਉਹ ਕਿਸਾਨ ਲਹਿਰ ਦਾ ਉਹ ਸ਼ਹੀਦ ਆ। ਮੋਦੀ ਸਰਕਾਰ ਇਹਦੀ ਕਾਤਲ ਆ। ਮੋਦੀ ਸਰਕਾਰ ਜਿਹੜੀ ਆ 500 ਤੋਂ ਵੱਧ ਕਿਸਾਨਾਂ ਦੀਆਂ ਜਿਹੜੀ ਆ ਉਹ ਸ਼ਹੀਦੀਆਂ ਲੈ ਚੁੱਕੀ ਆ, ਉਹਨਾਂ ਦਾ ਖੂਨ ਪੀ ਚੁੱਕੀ ਆ, ਅਜੇ ਹੋਰ ਪਤਾ ਨਹੀਂ ਕਿੰਨੀਆਂ ਕਿਸਾਨਾਂ ਦਾ ਜਿਹੜਾ ਵਾ ਉੱਥੇ ਜਿਹੜੀਆਂ ਸ਼ਹੀਦੀਆਂ ਹੋਣੀਆਂ ਵਾ। ਇਸ ਕਰਕੇ ਅਸੀਂ ਇਹ ਜਿਹੜੇ ਆ ਮੋਦੀ ਸਰਕਾਰ ਦੀ ਜੋ ਨੀਤੀ ਪਾਲਿਸੀ ਆ ਜਾਂ ਕਿਸਾਨਾਂ ਪ੍ਰਤੀ ਰਵੱਈਆ ਵਾ ਜਾਂ 3 ਖੇਤੀ ਕਾਨੂੰਨ ਉਹ ਰੱਦ ਨਹੀਂ ਕਰ ਰਹੇ, ਉਹਨਾਂ ਦੀ ਸਖਤ ਨਿਖੇਧੀ ਕਰਦੇ ਹਾਂ, ਔਰ ਸੰਘਰਸ਼ ਹੋਰ ਤੇਜ਼ ਕਰਨ ਦੀ ਜਿਹੜੀ ਆ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ। ਲੋਕਾਂ ਦੇ ਵਿੱਚ ਗੁੱਸਾ ਹੋਰ ਵੱਧ ਰਿਹਾ ਵਾ। ਇਸੇ ਤਰੀਕੇ ਦੇ ਨਾਲ ਅਸੀਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਜਿਹੜੀ ਉਹਨੇ ਪਾਲਿਸੀ ਬਣਾਈ ਆ ਉਹਦੇ ਮੁਤਾਬਕ, ਅਤੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਆ
तो केंद्र सरकार पंजाब सरकार को भी चेतावनी दें जिहड़ा उन्हें पॉलिसी बनाई आ उहदे मुताबक 5 लाख रुपया तो वो दे बच्चे दे परिवार दे एक जी जी नौकरी तुरंत दी जाए 5 लाख रुपया जोड़ा वो पहला भोग तो दिता जाए तो नहीं तो असं अपना संघर्ष जोड़ा वा होर तेज़ करा उस किसान का पोस्टमार्टम फिरोजपुर के सिविल हस्पताल हो रहा उस तो बाद अं अगली कार्रवाई आवाज़ कम टीवी फिरोजपुर तो पत्रकार गुरप्रीत सिंह भोला की रिपोर्ट।